ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਚੀਜ਼ਾਂ, ਜਿੱਦਾਂ ਕਿ ਤੁਹਾਨੂੰ ਪਤਾ ਸੀ ਜੋ ਨਵਾਂ ਆਉਂਦਾ ਉਹ ਨਾਲ ਅਸੀਂ ਵੀਡੀਓ ਦੇ ਵਿੱਚ ਸ਼ੋਅ ਕਰੀ ਜਾਂਦੇ ਹਾਂ। ਅੱਜ ਤਕਰੀਬਨ ਤੁਹਾਨੂੰ 21 ਦੇ ਆਸ ਪਾਸ ਆਰਟੀਕਲ ਦਿਖਾਵਾਂਗੇ, ਬਿਲਕੁਲ ਸੁਪਰ ਪੀਸ ਨੇ। ਇਹਦੇ 'ਚ ਕੁਛ ਸੈਮੀ ਫੋਰਮਲ ਨੇ ਅਤੇ ਕੁਛ ਫੋਰਮਲ ਕੋਨਸੈਪਟ ਨੇ, ਅਤੇ ਇਹਦੇ 'ਚ ਕੁਛ ਪ੍ਰਿੰਟਿੰਗ ਵਾਲੇ ਨੇ, ਕੁਛ ਇੰਬਰਾਇਡਰੀ ਵਾਲੇ ਨੇ, ਕੁਛ ਪ੍ਰਿੰਟਿੰਗ ਉੱਤੇ ਹਾਈਲਾਈਟਿੰਗ ਹੈ, ਅਤੇ ਕੁਛ ਸਿੰਗਲ ਸਿੰਗਲ ਪੀਸ ਮੇਰੇ ਕੋਲ ਇੰਬਰਾਇਡਰੀ ਦੇ ਵਿੱਚ ਆਈਟਮ ਆਈਆਂ ਸੀ ਕਿ ਜਿਹੜੇ ਸੈਲੀਬ੍ਰਿਟੀ ਪੀਸ ਆਉਂਦੇ ਨੇ ਨਾ, ਗੋਟਾ ਪੱਤੀ ਵਗੈਰਾ ਦੇ, ਤਾਂ ਤੁਹਾਨੂੰ 5-6 ਪੀਸ ਉਹ ਵੀ ਦਿਖਾਵਾਂਗੇ। ਸਿੰਗਲ ਸਿੰਗਲ ਪੀਸ ਆਏ ਨੇ, ਸਾਰੇ ਪੀਸ ਡਿਫਰੈਂਟ ਨੇ, ਆਲਮੋਸਟ ਹਰ ਇੱਕ ਦੇ ਵਿੱਚ ਤਕਰੀਬਨ 2-2 ਕਲਰ ਆਏ ਨੇ ਜਿਹੜੇ ਤੁਹਾਨੂੰ ਪੀਸ ਦਿਖਾਵਾਂਗੇ। ਪਹਿਲਾਂ 15-16 ਪੀਸ, ਅਤੇ ਜਿਹੜਾ ਫਸਟ ਪੀਸ ਮੇਰੇ ਬੋਲੇ ਖੋਲਿਆ ਤੁਹਾਨੂੰ 3 ਕਲਰ ਸ਼ੋਅ ਕਰਾਂਗੇ। ਅਤੇ ਇਹਨਾਂ ਦੀ ਪਰਚੇਜਿੰਗ ਵਾਸਤੇ ਤੁਸੀਂ ਨੰਬਰ ਇੱਕ ਵਾਰੀ ਨੋਟ ਕਰੋ ਜੀ, ਇਹ 3 ਨੰਬਰ ਨੇ ਸਾਡੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ। ਮਹਿੰਦਰ ਜੀ, ਮਨਜੀਤ ਜੀ, ਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਮਾਨ ਸਾਹਿਬ ਸਤਿ ਸ਼੍ਰੀ ਅਕਾਲ। ਲਓ ਜੀ, ਇਹ 3 ਨੰਬਰ ਨੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ। ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਚੱਲਦੀ ਵੀਡੀਓ 'ਚੋਂ ਸਕਰੀਨਸ਼ੋਟ ਲੈ ਕੇ ਇਹਨਾਂ 'ਚੋਂ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਮੈਂਟ ਆਪਣੀ, ਕਿਤੇ ਵੀ ਤੁਸੀਂ ਬੈਠੇ ਹੋ, ਕਿਤੇ ਵੀ ਪਾਰਸਲ ਮੰਗਾਉਣਾ ਚਾਹੁੰਦੇ ਹੋ, 3 ਦਿਨਾਂ ਦੇ ਵਿੱਚ ਪਾਰਸਲ ਇੰਡੀਆ 'ਚ ਪਹੁੰਚ ਜਾਂਦਾ। ਕਿਤੇ ਵੀ ਤੁਸੀਂ ਮੰਗਾਉਣਾ ਹੋਵੇ, 1 ਹਫ਼ਤੇ ਦੇ ਵਿੱਚ ਪਾਰਸਲ ਪਹੁੰਚ ਜਾਂਦਾ ਆਊਟ ਆਫ ਇੰਡੀਆ। ਲਓ ਜੀ, ਤੁਹਾਨੂੰ ਫਸਟ ਪੀਸ ਸ਼ੋਅ ਕਰ ਰਿਹਾ, ਬਲੈਕ ਕਲਰ ਦੇ ਵਿੱਚ ਆਈਟਮ ਆਏਗੀ, ਪਿਓਰ ਜੋਰਜਟ ਔਰਗੈਂਜ਼ਾ ਫੈਬਰਿਕ ਹੈ। ਦੇਖੋ, ਇੱਕ ਆਈਟਮ ਦੇ ਵਿੱਚ ਕੀ ਬਣਿਆ, ਪਹਿਲਾਂ ਪਿਓਰ ਜੋਰਜਟ ਫੈਬਰਿਕ ਹੈ ਬਲੈਕ, ਫਿਰ ਉਹਦੇ ਉੱਪਰ ਸਾਰੀ ਵੀਵਿੰਗ ਕੀਤੀ, ਸਾਰੀ ਇਸ ਤਰ੍ਹਾਂ ਜ਼ਰੀ ਨਾਲ, ਇਹ ਬੈਂਗਲੌਰੀ ਜ਼ਰੀ ਹੈ ਸਾਰੀ, ਇਹ ਬਨਾਰਸੀ ਨਹੀਂ ਹੈ, ਇੱਕਦਮ ਸਾਰਾ ਵੀਵਿੰਗ ਦੇ ਵਿੱਚ ਹੁੰਦਾ ਕੱਪੜਾ, ਹੋਵਨ ਲਾਈਟ ਗੋਲਡਨ ਕਲਰ ਦਾ। ਫਿਰ ਉਹਦੇ ਉੱਪਰ ਤੀਸਰਾ ਪ੍ਰੋਸੈਸ ਹੈਗਾ ਪ੍ਰਿੰਟਿੰਗ ਦਾ, ਡਿਜੀਟਲ ਪ੍ਰਿੰਟ ਪੂਰੀ ਸ਼ਰਟ 'ਤੇ, ਫਰੰਟ 'ਤੇ ਵੀ ਸੇਮ, ਬੈਕ 'ਤੇ ਵੀ, ਅਤੇ ਟਾਈ ਪਲੱਸ ਬੋਟਮ ਹੁੰਦੀ ਹੈ ਨੀਚੇ ਕਰੇਪ ਦੀ, ਇਹਨੀ ਕਿ ਟਾਫਟਾ ਲੱਗਿਆ ਜਾਂ ਕੁਛ ਹੋਰ ਲੱਗਿਆ ਨਾ, ਕਰੇਪ ਦੀ ਬੋਟਮ ਹੈ, ਦੁਪੱਟਾ ਪਿਓਰ ਚਨੌਨ ਸ਼ਿਫੋਨ ਦਾ। ਮੇਰੇ ਕੋਲ 3 ਪੀਸ ਆਏ ਨੇ ਸੁਪਰ ਪੀਸ, ਤਾਂ 3 ਕਲਰ ਅਲਟੀਮੇਟ ਆ। ਮੈਂ ਤਾਂ ਬਲੈਕ ਪਹਿਲਾਂ ਖੋਲਿਆ ਕਿਉਂਕਿ ਬਲੈਕ ਦੀ ਵੈਸੇ ਹੀ ਬਹੁਤ ਡਿਮਾਂਡ ਰਹਿੰਦੀ ਆ। ਦੂਜਾ ਹੈਗਾ ਲਾਈਲਿਕ ਮੋਵ ਕਲਰ, ਤੀਜਾ ਹੈਗਾ ਬਰਾਊਨ ਦੇ ਉੱਤੇ ਪੀਚ ਕਲਰ। 3 ਪੀਸ ਅਸੀਂ ਮੋਸਟਲੀ ਵੈਸੇ 2-2 ਹੀ ਦਿਖਾਉਂਦੇ ਹਾਂ, ਲੇਕਿਨ 3 ਪੀਸ ਆਏ ਸੀ, ਮੈਨੂੰ 3 ਪੀਸ ਵਧੀਆ ਲੱਗੇ, ਮੈਂ ਕਿਹਾ 3 ਪੀਸ ਸ਼ੋਅ ਕਰ ਦਈਏ, ਕਿਉਂਕਿ ਪੀਸ 3 ਹੀ ਵਾਕਈ ਬੰਬ ਨੇ। ਇਹ ਜੋਰਜਟ ਔਰਗੈਂਜ਼ਾ ਬੇਸ ਹੈ ਸ਼ਰਟ ਦਾ, ਕਰੇਪ ਦੀ ਬੋਟਮ ਹੈ, ਦੁਪੱਟਾ ਚਨੌਨ ਸ਼ਿਫੋਨ ਦਾ। ਆਈਟਮ ਨੰਬਰ 1 ਹੈ, ਪ੍ਰਾਈਸ ਪਏਗਾ 4200, 4200 ਰੇਟ ਨਿਕਲਿਆ ਦਾ ਜੀ। ਰੁਚੀ ਜੀ ਸਤਿ ਸ਼੍ਰੀ ਅਕਾਲ ਜੀ, ਅਲੀਨ ਜੀ ਸਤਿ ਸ਼੍ਰੀ ਅਕਾਲ ਜੀ, ਜੈਸਮੀਨ ਜੀ ਸਤਿ ਸ਼੍ਰੀ ਅਕਾਲ, ਰੇਖਾ ਜੀ ਸਤਿ ਸ਼੍ਰੀ ਅਕਾਲ ਜੀ, ਬਲਜੀਤ ਕੌਰ ਜੀ ਸਤਿ ਸ਼੍ਰੀ ਅਕਾਲ। ਪਲੀਜ਼ ਓਪਨ ਲਾਈਲੈਕ ਕਲਰ, ਪੜਦੀ ਮੂਵ ਕਲਰ ਜੀ। ਔਰ ਮੈਡਮ, ਤੁਸੀਂ ਨਾਲੇ ਹੀ ਕਹਿਤਾ, ਮੈਂ ਨਾਲੇ ਖੋਲਤਾ, ਮੁੜ ਕੇ ਚੱਕਿਆ ਜਾਣਾ, ਫਿਰ ਵੀ ਖੋਲਿਆ ਜਾਣਾ ਪੀਸ, ਕਿਉਂਕਿ ਲਾਈਲੈਕ ਵੈਸੇ ਵੀ ਟ੍ਰੈਂਡ 'ਚ ਹੈਗਾ ਇਸ ਟਾਈਮ, ਦੁਪੱਟਾ ਬਹੁਤ ਪਿਆਰਾ ਹੈਗਾ ਜੀ। ਹਾਂਜੀ ਪਿੰਕੀ ਜੀ ਸਤਿ ਸ਼੍ਰੀ ਅਕਾਲ ਜੀ, ਆ ਜੀ ਮੋਹ ਪਤਾ ਵੇਖੋ, ਲਾਈਲੈਕ ਮੋਹ, ਬਾਕੀ ਬੰਬ ਪੀਸ ਹੈ ਯਾਰ, ਨਾਲ ਦੁਪੱਟਾ ਉਸ ਤੋਂ ਵੀ ਸੁਪਰ। ਚਲੋ ਅੱਗੇ ਜੀ, ਲੋਜਿਕ ਤੁਹਾਨੂੰ ਦਿਖਾ ਰਿਹਾ ਕਿ ਯੈਲੋ ਅਤੇ ਰਾਮਾ ਗ੍ਰੀਨ ਦੇ ਵਿੱਚ ਆਈਟਮ ਆਈ, ਇਹ ਵੀ ਕਰੇਪ ਦੇ ਉੱਤੇ ਆਈਟਮ ਹੈ। ਇਹ ਕੈਜੂਅਲ ਜਿਵੇਂ ਤੁਸੀਂ ਸਮਝ ਲਓ, ਸੈਮੀ ਫੋਰਮਲ, ਕੁਛ ਕਸਟਮਰ ਹੁੰਦੇ ਨੇ ਜਿਹੜੇ ਕੋਟਨ ਨਹੀਂ ਪਾਉਂਦੇ, ਉਹ ਕਰੇਪ ਪਾਉਂਦੇ। ਸਾਰਾ ਸਾਲ ਮੈਂ ਤਾਂ ਕੁਛ ਪ੍ਰਿੰਟ ਕਰੇਪ ਦੇ ਲੈ ਕੇ ਆਇਆ। ਆਹ ਦੇਖੋ, ਪ੍ਰਿੰਟਡ ਹੈ ਕਰੇਪ, ਸੇਮ ਕਲਰ ਦੀ ਬੋਟਮ ਆਏਗੀ, ਮਸਟਰਡ ਕਲਰ ਦੀ, ਦੁਪੱਟਾ ਪਿਓਰ ਸ਼ਿਫੋਨ ਦਾ ਨਾਲੇ ਦੇ ਜੀ। ਮੋਸਟਲੀ ਕਰੇਪ ਨਾਲ ਦੁਪੱਟੇ ਚਨੌਨ ਸ਼ਿਫੋਨ ਆਉਂਦੇ ਨੇ, ਲੇਕਿਨ ਕੁਛ ਗਾਹਕ ਨੇ ਜਿਹੜੇ ਦੁਪੱਟੇ ਸ਼ਿਫੋਨ ਵੀ ਮੰਗਦੇ ਨੇ ਜੀ, ਇੱਦਾਂ ਕਰਦੇ ਬਸ। ਆਹ ਦੁਪੱਟਾ ਸ਼ਿਫੋਨ ਦਾ ਨਾਲੇ ਦੇ। ਦੂਜਾ ਆਏਗਾ ਰਾਮਾ, ਇਹਦੇ ਉੱਤੇ ਬਲੂ ਮੈਚਿੰਗ ਆਏਗੀ, ਬਹੁਤ ਐਕਸਕਲੂਸਿਵ ਪੀਸ ਆ। ਦੋਨੇ ਪੀਸ ਸੁਪਰ ਨੇ ਜੀ, ਅਰੇ ਦਿਓ ਜੀ, ਕਰੀਬ ਰੇਟ ਨਿਕਲਿਆ ਆਈਟਮ ਨੰਬਰ 2, ਦੋਨੇ ਕਲਰ ਬਹੁਤ ਸੋਹਣੇ ਨੇ, 2440 ਰੇਟ ਨਿਕਲਿਆ ਦਾ ਜੀ। ਹਾਂਜੀ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਸੁੱਖੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਪਿੰਕੀ ਸਤਿ ਸ਼੍ਰੀ ਅਕਾਲ, ਅਵਨੀਤ ਕੌਰ ਜੀ, ਕੁਲਵੰਤ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਗੋਇਲ ਸਾਹਿਬ। ਲਓ ਜੀ, ਕਿਹਾ ਪਿਓਰ ਚਨੌਨ ਸ਼ਿਫੋਨ ਹੈ ਜੀ, 80 ਗ੍ਰਾਮ ਦੀ ਕਰੇਬ ਹੈ, ਇਹ ਚਨੌਨ ਹੈ। ਔਰ ਪੀਸ ਦੇਖੋ ਜਰਾ ਤੁਸੀਂ, ਇਹ ਪਿਓਰ 80 ਗ੍ਰਾਮ ਦੇ ਵਿੱਚ ਹੈ ਜੀ, ਕਰੇਬ ਦੀ ਬੋਟਮ ਨਾਲ ਦੇਵਾਂਗੇ ਤੁਹਾਨੂੰ, 3 ਮੀਟਰ ਜਿਹੜਾ ਕਲਰ ਕਹੋਗੇ ਡਾਈ ਹੋ ਕੇ ਜਾਏਗਾ। ਤੁਸੀਂ ਬੇਸ ਕਲਰ ਵਿੱਚ ਡਾਈ ਹੁੰਦਾ ਨਾ, ਸੀਮੈਂਟ ਗ੍ਰੇ ਕਲਰ ਨਾਲ ਡਾਈ ਹੁੰਦਾ। ਦੇਖੋ ਪਿਓਰ ਚਨੌਨ ਸ਼ਿਫੋਨ ਪ੍ਰਿੰਟਡ ਸ਼ਰਟ ਹੈ, ਦੁਪੱਟਾ ਵੀ ਨਾਲ ਪਿਓਰ ਚਨੌਨ ਸ਼ਿਫੋਨ ਦਾ ਹੀ ਆਏਗਾ ਜੀ। ਇਹ ਥੋੜ੍ਹਾ ਜਿਹਾ ਜਿਵੇਂ ਨਾ, ਦੇਖੋ ਬਾਕੀ ਤਾਂ ਕੋਈ ਵੀ ਪਾ ਲਓ, ਕਿਸੇ ਨੂੰ ਮਨਾ ਥੋੜ੍ਹੀ ਕਰਨਾ ਕਿਸੇ ਨੂੰ, ਠੀਕ ਹੈ। ਇਹ ਥੋੜ੍ਹਾ ਜਿਹਾ ਜਿਵੇਂ ਪੰਜਾਬੀ ਲੇਡੀ ਨੇ, ਮਤਲਬ ਇੱਦਾਂ ਦੀ ਚੀਜ਼ ਹੈ ਨਾ, ਥੋੜ੍ਹੀਆਂ ਜਿਹੀਆਂ ਸਰਦਾਰੀ ਲੁੱਕ, ਜਿਵੇਂ ਕਿ ਪ੍ਰਿੰਟ ਪਾਏ ਸੋਹਣੇ ਲੱਗਦੇ ਨੇ, ਮਤਲਬ ਸਲਵਾਰਾਂ ਨਾਲ ਖੁੱਲ੍ਹੀਆਂ ਡੁੱਲੀਆਂ, ਦੁਪੱਟੇ ਖੁੱਲ੍ਹੇ ਡੁੱਲੇ, ਉੱਪਰ ਸਿਰ 'ਤੇ ਵੀ ਆ ਜਾਂਦਾ, ਸਾਈਡ 'ਤੇ ਵੀ ਆ ਜਾਂਦਾ, ਬੈਕ 'ਤੇ ਵੀ ਕਵਰ ਹੋ ਜਾਂਦਾ, ਮਤਲਬ ਇਹ 'ਚ ਆਹ ਵੀ ਬੜੇ ਖੋਲ੍ਹਦੇ ਪੀਸ, ਪੀਸ ਬਹੁਤ ਸੋਹਣਾ ਹੈਗਾ, ਇਹ ਪਹਿਲੀ ਵਾਰ ਪੀਸ ਆਇਆ ਬਣ ਕੇ। ਆਹ ਦੇਖੋ ਜੀ, ਇਹ ਵੀ ਪੀਸ ਬਹੁਤ ਸੋਹਣਾ, ਮਲਟੀ ਦੇ ਵਿੱਚ ਪੀਸ ਹੈਗਾ, ਮਤਲਬ ਆਪਾਂ ਨੂੰ ਜਚਿਆ, ਬਾਕੀ ਤਾਂ ਪਸੰਦ ਰੱਖਦੀ ਆਪਣੀ ਆਪਣੀ, ਹੈ ਨਾ ਜੀ। ਆਪਾਂ ਨੂੰ ਚੰਗਾ ਲੱਗਿਆ, ਮੈਂ ਕਿਹਾ ਚੱਲ ਖੋਲ੍ਹਦੀ ਹੁਣ, ਜਿਵੇਂ ਗਾਹਕ ਨੇ ਕਿਹਾ ਸੀਗਾ ਜੀ ਮੋਬ ਖੋਲ੍ਹ ਕੇ ਦਿਖਾਓ, ਆਪਾਂ ਮੋਬ ਖੋਲ੍ਹਦਾ ਉਹਨਾਂ ਦੇ ਕਹਿਣ 'ਤੇ, ਖੋਲ੍ਹੋ ਦੁਪੱਟਾ ਬੇਟੇ, ਦੁਪੱਟਾ ਖੋਲ੍ਹਦੇ ਆ ਨਾ ਕਰਿਆ ਕਰ ਯਾਰ, ਆਹੀ ਤੇਰੀ ਗੋਰੀ ਆ ਰਹਾ ਬਸ। ਆਹ ਦੇਖੋ ਦੁਪੱਟਾ ਜੀ, ਦੋਨੇ ਪੀਸ ਬਹੁਤ ਸੋਹਣੇ ਨੇ ਜੀ, ਹਲੇ ਇਹ ਮਲਟੀ ਦੇ ਵਿੱਚ ਆ ਗਿਆ ਜੀ, ਆ ਗ੍ਰੇ ਦੇ ਆ ਗਿਆ,
ਇਹ ਪੀਚ ਉੱਤੇ ਵਲਟੀ, ਬੇਸਿਕਲੀ ਬੇਸ ਪੀਚ ਆ ਉੱਤੇ ਵਲਟੀ ਆ। ਆਈਟਮ ਨੰਬਰ ਕੀ ਆ ਜੀ? ਤਿੰਨ ਨੰਬਰ ਆਈਟਮ 5750 ਪਿਓਰ ਚਨੌਨ ਛਪਾਉਣਾ ਜੀ, ਹੈਵੀ ਕੁਆਲਿਟੀ ਦੇ ਵਿੱਚ। ਕੁਲਵੰਤ ਕੌਰ ਜੀ, ਵੀਨੂ ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਦਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਗਰੇਵਾਲ ਸਾਹਿਬ, ਸੁਰਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਲਓ ਜੀ ਕਿਆ ਦੇਖੋ, ਪਿਓਰ ਔਰਗੈਂਜ਼ਾ ਦੇ ਉੱਤੇ ਆਈਟਮ ਆਈ ਆ, ਤਾਨਾ ਬਾਨਾ ਜੋਰਜਟ ਔਰਗੈਂਜ਼ਾ, ਬਹੁਤ ਐਕਸਕਲੂਸਿਵ ਹੈ। ਨੀਚੇ ਪਿੰਕ ਡਾਇੰਗ ਹੈ, ਔਰਗੈਂਜ਼ਾ ਜੋਰਜਟ ਆ, ਉੱਪਰ ਸਿਰਫ ਇੱਕ ਹੈ ਫਲਾਵਰ ਬਣਿਆ ਹੋਇਆ, ਅਤੇ ਸਾਈਡਾਂ ਉੱਤੇ ਆ ਪ੍ਰਿੰਟਿੰਗ ਬਾਜ਼ੂ ਵਾਸਤੇ ਦਿੱਤੀ ਹੋਈ ਆ, ਇੱਕ ਬਾਜ਼ੂ ਸੇਵੇਂ ਦੇ ਬੈਕ 'ਤੇ ਆਏਗੀ, ਅਤੇ ਦੁਪੱਟਾ ਸ਼ਿਫੋਨ ਦਾ, ਉਹਦੇ 'ਤੇ ਹਲਕੀ ਹਲਕੀ ਪ੍ਰਿੰਟਿੰਗ ਵੀ ਹੈ ਅਤੇ ਹਲਕੀ ਹਲਕੀ ਸਪਾਰਕਲ ਵੀ ਹੈ। ਕਲਰ ਬਹੁਤ ਪਿਆਰਾ, ਇਹ ਕਰੀਮ ਦੇ ਨਾਲ ਮੋਵਿਸ਼ ਪਿੰਕ ਆ, ਦੂਜਾ ਹਰੇ ਵੇ ਕਿਹੜਾ ਦੂਜਾ ਹੈਗਾ, ਕਰੀਮ ਦੇ ਨਾਲ ਇਸ ਤਰ੍ਹਾਂ ਬਣੇ ਜਾਂ ਬੋਰਡਰ ਹਰੇ, ਕਰੀਮ ਦੇ ਨਾਲ ਗਰੇ ਆਏਗਾ ਇਸ ਤਰ੍ਹਾਂ, ਖੋਲ ਦੇ ਬਣਾ ਪੀਸ, ਇਹਦੇ ਨਾਲ ਗਰੇ ਆ ਜਾਏਗਾ ਇਸ ਤਰ੍ਹਾਂ, ਕਰੀਮ ਨਾਲ ਗਰੇ, ਬਹੁਤ ਸੁਪਰ ਪੀਸ ਆ। ਰੇਟ ਕੁਛ ਵੀ ਨਹੀਂ, ਲੁੱਕ ਦੇਖੋ ਕਿੰਨੀ ਪਿਆਰੀ, ਸਿਰਫ 2260 ਆਈਟਮ ਨੰਬਰ 4। ਚਲੋ ਓਕੇ ਜੀ, ਉਹ ਜੀ ਕਿਹਾ ਵੀ ਆਈਟਮ ਆਏਗੀ ਟਾਈ ਐਂਡ ਆਈ ਦੇ ਵਿੱਚ, ਇੰਬਰਾਇਡਰੀ ਆਈਟਮ ਆਈ ਆ, ਇਹ ਵੀ ਚੀਜ਼ ਬਹੁਤ ਸੋਹਣੀ ਆ, ਇਹ ਸਾਰੀ ਇੰਬਰਾਇਡਰੀ ਹੈ, ਜਿੱਦਾਂ ਇਹਨੂੰ ਬੋਲਦੇ ਨੇ, ਇਹ ਨੋਟ ਦਾ ਕੰਮ ਹੁੰਦਾ ਨਾ ਜਿਵੇਂ ਰੇਸ਼ਮ ਦਾ, ਸਾਰਾ ਉਸ ਤਰ੍ਹਾਂ ਕੰਮ ਹੈ ਨੋਟ ਦਾ। ਪਹਿਲਾਂ ਸਾਰੀ ਨੀਚੇ ਡਾਇੰਗ ਹੈ, ਫਿਰ ਉਹਦੇ ਉੱਪਰ ਨੋਟ ਦੀ ਇੰਬਰਾਇਡਰੀ ਹੈ, ਨਾਲ ਨਾਲ ਸਿੱਪੀ ਦੀ ਸੈਟਿੰਗ ਹੈ ਵਿੱਚ, ਜਿਹੜੀ ਆਪਾਂ ਨੂੰ ਹਲਕੀ ਹਲਕੀ ਚਮਕ ਲੱਗ ਰਹੀ, ਸਾਰੀ ਸਿੱਪੀ ਹੈ ਇਹ ਟਾਈ ਐਂਡ ਆਈ ਸ਼ਰਟ ਆ ਸਾਰੀ ਇਸ ਤਰੀਕੇ ਵਿੱਚ, ਮਤਲਬ ਫਰੰਟ 'ਤੇ ਇੰਬਰਾਇਡਰੀ ਹੈ, ਬੈਕ 'ਤੇ ਸੇਮ ਟਾਈ ਐਂਡ ਆਈ ਹੈ, ਬਾਜ਼ੂ 'ਤੇ ਸੇਮ ਇੰਬਰਾਇਡਰੀ ਵਾਲਾ ਕੰਮ ਆ ਜਾਏਗਾ, ਦੁਪੱਟਾ ਨਾਲ ਆਏਗਾ ਬਰਸ਼ਿੰਗ ਦੇ ਵਿੱਚ ਇਹਦੇ 'ਚ। ਬਾਕੀ ਗੱਲਬਾਤ ਹੈਗੀ ਪੀਸ 'ਤੇ, ਦੁਪੱਟਾ ਆਪਣੇ ਪੂਰਾ ਖੋਲ ਦੇਣਾ ਮਾੜਾ ਜਿਹਾ, ਆਹ ਦੇਖੋ ਨਾਲ ਦੁਪੱਟਾ ਹੀ ਇਸ ਤੋਂ, ਅਲਟੀਮੇਟ ਪੀਸ। ਮਲਟੀ ਦੇ ਵਿੱਚ ਆਈਟਮ ਹੈ, ਦੂਜਾ ਕਲਰ ਹੈਗਾ ਲਾਈਟ ਗ੍ਰੀਨਿਸ਼ ਗ੍ਰੀਨ ਨਾਲ ਯੈਲੋ ਲੈਮਨ ਦਾ ਕੰਟਰਾਸਟ, ਦੋਨੇ ਪੀਸ ਉੱਪਰ ਨੇ, ਜੋਰਜਟ ਦੀ ਸ਼ਰਟ ਹੈ, ਕਰੇਪ ਦੀ ਬੋਟਮ, ਸ਼ਿਫੋਨ ਦੀ ਚੁੰਨੀ। ਆਈਟਮ ਨੰਬਰ 5 ਸਿਰਫ 3570, ਦੇਖੋ ਪੂਰੀ ਸ਼ਰਟ ਡਾਇੰਗ ਵੀ ਹੈ, ਐਮਬਰਾਇਡਰੀ ਵੀ ਹੈ, ਦੁਪੱਟਾ ਵੀ ਹੈ, ਸਭ ਕੁਛ ਓਕੇ, ਲੇਕਿਨ ਰੇਟ ਸਿਰਫ 3570। ਚਲੋ ਓਕੇ ਜੀ, ਹਾਂਜੀ ਡਾਕਟਰ ਸੋਨੀਆ ਜੀ ਸਤਿ ਸ਼੍ਰੀ ਅਕਾਲ ਜੀ, ਰਣਦੀਪ ਜੀ ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਮਲਹੋਤਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਾਜਕੁਮਾਰ ਜੀ, ਰਾਜਕੁਮਾਰ ਜੀ ਵੈਰੀ ਗੁੱਡ, ਗੁਲਸ਼ਨ ਮਾਨਸਾ। ਇੱਕ ਹੈ ਪਾਕਿਸਤਾਨੀ ਮੇਰੇ ਕੋਲ ਆਈਟਮ ਆਏਗਾ, ਤੁਹਾਨੂੰ ਮੈਂ ਡਿਜ਼ਾਈਨ 3 ਦਿਖਾਊਂਗਾ ਇਹਦੇ 'ਚ, ਲੇਕਿਨ ਇਹ ਫਸਟ ਟਾਈਮ ਆਈਟਮ ਲਾਂਚ ਹੋਈ ਹੈ ਪਾਕਿਸਤਾਨੀ ਦੇ ਵਿੱਚ। ਇਹ ਕਰੇਪ ਦੇ ਉੱਤੇ ਅਕਸੀ ਜਿਹੜੇ ਆਉਂਦੇ ਨੇ, ਮੋਸਟਲੀ ਪਾਕਿਸਤਾਨੀ ਬਹੁਤ ਗੋਡੀ ਆਉਂਦੇ ਨੇ, ਲੇਕਿਨ ਇਹ ਥੋੜ੍ਹਾ ਜਿਹਾ ਹੈ ਵੀ ਵਰਾਇਟੀ ਹੈ, ਲੇਕਿਨ ਇਹ ਬਹੁਤ ਗੋਡੀ ਨਹੀਂ ਹੈ, ਮਤਲਬ ਜਿਵੇਂ ਰੰਗ ਬਰੰਗੇ ਨਹੀਂ ਹੈ। ਵਾਈਨ ਕਲਰ ਦਾ ਬੇਸ ਹੈ, ਪੋਲਕਾ ਡੋਟ ਉੱਪਰ ਦਿੱਤੀ ਹੈ, ਉਹਦੇ ਉੱਤੇ ਇਸ ਤਰ੍ਹਾਂ ਜਮੈਟਰੀਕਲ ਬਾਰਡਰ ਦਿੱਤਾ, ਪਹਿਲਾਂ ਪ੍ਰਿੰਟਿੰਗ ਆ ਨੀਚੇ, ਫਿਰ ਰਾਊਂਡਿੰਗ ਦੇ ਫਲਾਵਰ ਆ ਗਏ ਸਾਰੇ, ਫਿਰ ਇਹਦੇ 'ਚ ਉੱਪਰ ਸੱਭਿਆ ਸੱਚ ਸਟਾਈਲ ਜਿਵੇਂ ਟੈਂਪਲ ਸਟਾਈਲ ਆਉਂਦਾ ਨਾ ਉਸ ਤਰ੍ਹਾਂ, ਲੇਕਿਨ ਜਿੰਨਾ ਵੀ ਪ੍ਰਿੰਟ ਆ ਉਹਦੇ 'ਤੇ ਆਊਟਿੰਗ ਕੀਤੀ ਹੋਈ ਹੈ, ਆਰੀ ਦਾ ਕੰਮ ਹੈ, ਡੋਰੀ ਦਾ ਕੰਮ ਹੈ, ਗੋਟੇ ਦਾ ਕੰਮ ਹੈ, ਆਹ ਪੂਰੀ ਨੈਕ ਸੈਟਿੰਗ, ਬਹੁਤ ਐਕਸਕਲੂਸਿਵ ਪੀਸ। ਫੁੱਲ ਬਾਜ਼ੂ ਆਏਗੀ, ਸੇਮ ਕਲਰ ਦੀ ਬੋਟਮ, ਦੁਪੱਟਾ ਉਸ ਤੋਂ ਵੀ ਅਲਟੀਮੇਟ ਹੈ ਇਹਦਾ, ਇਹ ਨਾਲ ਦੁਪੱਟਾ ਇਹਦੇ ਚਾਰੇ ਪਾਸੇ ਬਾਰਡਰ ਹੈ, ਸਮੋਸਾ ਲੇਸ ਹੈ, ਇੱਕ ਹੈਗਾ ਵਾਈਨ ਕਲਰ, ਦੂਜਾ ਹੈਗਾ ਬੋਟਲ ਗ੍ਰੀਨ ਕਲਰ, ਪਾਕਿਸਤਾਨੀ ਗ੍ਰੀਨ ਕਲਰ ਹੈ ਜਿਹੜਾ ਪੀਸ, ਵਾਕਈ ਬੰਬ ਆ ਦੇਖੋ ਜਿਹੜਾ, ਆਹ ਐਮਬਰਾਇਡਰੀ ਹੈ, ਪ੍ਰਿੰਟਿੰਗ ਉੱਤੇ ਆਰੀ ਦਾ ਕੰਮ ਹੈ, ਖੋਟੇ ਪੱਤੀ ਦਾ ਕੰਮ ਹੈ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ, 6 ਨੰਬਰ ਆਈਟਮ 4650 ਰੁਪਈਏ ਜੀ। ਚਲੋ ਓਕੇ ਜੀ, ਲਓ ਜੀ ਇੱਕ ਇਹ ਵੀ ਚੀਜ਼ ਬਹੁਤ ਸੋਹਣੀ ਹੈ, ਪਿਓਰ ਕਰੇਪ ਦੇ ਉੱਤੇ ਆਈਟਮ ਆਈ ਹੈ, ਪੈਨਲ ਦੇ ਵਿੱਚ ਆਈਟਮ ਹੈ ਜੀ, ਇਹ ਪੈਨਲ ਆਏਗਾ ਸਾਰਾ ਪ੍ਰਿੰਟਿੰਗ ਦੇ ਵਿੱਚ, ਸਾਰਾ ਇਸ ਤਰ੍ਹਾਂ ਲਾਈਨਾਂ ਨੇ ਪ੍ਰਿੰਟਿੰਗ ਦੇ ਵਿੱਚ, ਮਤਲਬ ਵੀ ਸ਼ੇਪ ਨੇ, ਇੱਧਰੋਂ ਇੱਧਰ ਨੂੰ ਜਾ ਰਹੀਆਂ, ਇੱਧਰ ਉੱਪਰ ਨੂੰ ਜਾ ਰਹੀਆਂ, ਨੀਚੇ ਬਾਰਡਰ ਹੈ, ਜਿੰਨੀ ਵੀ ਪ੍ਰਿੰਟਿੰਗ ਉਹਦੇ 'ਤੇ ਆਊਟਿੰਗ ਹੈ, ਨੋਟ ਦਾ ਕੰਮ ਹੈ, ਸਿੱਪੀ ਦਾ ਕੰਮ ਹੈ, ਗੋਟੇ ਪੱਤੀ ਦਾ ਕੰਮ ਹੈ, ਦੇਖੋ ਚੀਜ਼ ਪੂਰੀ ਚੱਚ ਰਹੀ ਹੈ ਬਣੀ ਹੋਈ, ਫਿਰ ਇਹ 'ਚ ਪੈਨਲ ਆ ਗਿਆ ਉੱਪਰ ਲੌਂਗ ਨੈਕ ਦੇ ਨਾਲ, ਬੈਕ 'ਤੇ ਸੇਮ ਪ੍ਰਿੰਟਿੰਗ ਆਏਗੀ, ਫੁੱਲ ਬਾਜੂ ਦੀ ਆਪਸ਼ਨ, ਕਰੇਪ ਦੀ ਬੋਟਮ, ਮਹਿੰਦੀ ਕਲਰ ਦੀ, ਦੁਪੱਟਾ ਚਨੌਨ ਛਪਾਉਣ ਦਾ, ਪ੍ਰਿੰਟਿੰਗ ਵੀ ਹੈ ਉਹਦੇ 'ਤੇ, ਹਲਕੀ ਹਲਕੀ ਸਮੋਸਾ ਲੇਸ ਵੀ ਹੈ, ਲੇਕਿਨ ਦੁਪੱਟੇ ਉੱਤੇ ਹਾਈਲਾਈਟ ਕੋਈ ਨਹੀਂ ਕੀਤਾ ਹੋਇਆ। ਦਿਓ ਜੀ ਪ੍ਰਾਈਜ਼ ਕੀ, ਆਈਟਮ ਨੰਬਰ ਆਏ, ਇਹ 2 ਕਲਰ ਨੇ ਜੀ, ਇੱਕ ਹੈ ਗ੍ਰੇ ਕਲਰ ਆ ਗਿਆ, ਇਹ ਵੀ ਕਲਰ ਬਹੁਤ ਥੋੜ੍ਹਾ ਰੰਗ ਗਿਆ, ਬੋਰਡਰ ਦਾ ਸੇਮ ਹੀ ਆ, ਪ੍ਰਿੰਟਿੰਗ ਸੇਮ ਹੀ ਆ, ਇਹ ਗ੍ਰੀਨ ਦੇ ਨਾਲ ਸੇਮ ਕਲਰ ਦਿੱਤਾ ਹੋਇਆ, ਇਹ ਗ੍ਰੇ ਦੇ ਨਾਲ ਸੇਮ ਕਲਰ ਦਿੱਤਾ ਹੋਇਆ। ਦਿਓ ਜੀ ਪ੍ਰਾਈਜ਼ ਕੀ ਨਿਕਲਿਆ, ਆਈਟਮ ਨੰਬਰ 7 ਪ੍ਰਾਈਜ਼ ਪੈਗਾ 3450 ਰੁਪਈਏ, ਕਰੇਪ ਦੇ ਸੂਟ ਹੈ ਜੀ, ਕਰੇਪ ਦੀ ਬੋਟਮ, ਚਨੌਨ ਛਪਾਉਣ ਦੀ ਚੁੰਨੀ ਨਾਲ। ਹਾਂ ਨਵ ਕਿਰਨ ਜੀ ਸਤਿ ਸ਼੍ਰੀ ਅਕਾਲ, ਜੰਡੂ ਸਾਹਿਬ ਜੀ, ਚਰਨਜੀਤ ਕੌਰ ਜੀ ਸਤਿ ਸ਼੍ਰੀ ਅਕਾਲ, ਹਾਂਜੀ ਅੰਜਲੀਨ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ ਕੈਵੀ ਚੀਜ਼ ਬਹੁਤ ਸੋਹਣੀ ਹੈ, ਮਲਟੀ ਉੱਤੇ ਆਈਟਮ ਆਈ ਆ, ਇਹ ਸਾਰਾ ਨਾ ਡਿਜੀਟਲ ਲਾਈਨਾਂ ਨੇ ਪ੍ਰਿੰਟ ਦੀਆਂ ਸਾਰੀਆਂ, ਇਸ ਤਰ੍ਹਾਂ ਡਿਜੀਟਲ ਲਾਈਨਾਂ ਨੇ, ਰਸਟ ਕਲਰ, ਗ੍ਰੀਨ ਕਲਰ, ਗੋਲਡਨ ਕਲਰ, ਮਹਿੰਦੀ ਕਲਰ, ਉਹਦੇ 'ਤੇ ਪ੍ਰਿੰਟਿੰਗ ਉੱਤੇ ਆਊਟਿੰਗ ਆਏਗੀ ਸਾਰੀ ਇਹਦੇ 'ਚ, ਇਹ ਸਾਰੀ ਪ੍ਰਿੰਟਿੰਗ ਆ, ਅਤੇ ਡੋਰੀ ਦਾ ਕੰਮ ਹੈ, ਇਹ ਸ਼ਰਟ ਦਾ ਘੇਰਾ ਆਏਗਾ ਸਾਰਾ ਹੀ,
प्रिंटिंग देख रहे हो, प्रिंटिंग कितनी प्यारी है, उत्ते आउटिंग भी है, नीचे समोसा लेस है, दुपट्टे चारे पासे पेजली है, प्रिंट है, फिर दुपट्टे पर भी ना मोस्टली की होता दुपट्टे से आउटिंग नहीं आती, ये पूरी इंबराइडरी है प्रिंट उत्ते जिन्ना प्रिंट देख रहे हो। एक है रस्ट कलर, दूजा है ग्रीन कलर वाला। करीब का सूट है, चनौन शिफॉन की चुन्नी, करीब की बॉटम आइटम नंबर 8, प्राइस पेगा सिर्फ 4,500 रुपये। पूरी शर्ट भी हैवी है, फ्रंट बैक बना दुपट्टा भी हैवी है। हाँ जी, मनीषा कपूर जी सत श्रीकाल जी, सुखबीर कौर जी सत श्रीकाल जी, परमिंदर कौर जी, सोनाली जी सत श्रीकाल जी, अंजलीन कौर जी सत श्रीकाल, सेठी साहब लो जी कैच देना, यह भी चीज़ बहुत प्यारी है। ये आर स्टूडियो की आइटम है जी, ये कुछ आम नालों डिफरेंट चीज़ है। ये नीचे ना प्रिंटिंग बॉर्डर देता सारा, पहला पेस्टिंग करके, ये फैब्रिक है उसके उपर प्रिंटिंग बॉर्डर देता सारा डिजिटल का, पहला बॉर्डर देता फिर उसके उपर एम्ब्रॉयडरी की सारी। ये हाँ बेसिकली फैब्रिक है मीनाकारी जिन्होंने बोलते आप, उपर योग नग देता ये जिस तरह जी, और ये भी आउटिंग सारी प्रिंट है, बहुत एक्सकलूसिव। दुपट्टा देखो दुपट्टे ना ये आम की ना पल्ले बने होंगे ने दुपट्टे, ये कॉलर कॉर्नर बनाए ने कलाकारी की पूरी, अगले ने कॉर्नर बनाए ने दुपट्टे उधर नूं जांदा उधर जा कट जांदा, ते बॉर्डर चारे पासे वाला, ते प्रिंटिंग विच पूरा जाल है दुपट्टे दे विच। एक गाजरी कलर है, दूजा है इस मिंट ग्रीन कलर, खोल दे यार पीस दे रख दे रख दे, ठीक है मैनू सोहना लग्या पीस ये, हाँ देखो जी देखो पूरा जंगल बनाया पाया पूरा, गलबात पूरी पीस दी। दो जी प्राइस की निकलिया था, ताना बाना बेस है, सेम शर्ट दुपट्टा, क्रेप दी बॉटम आइटम नंबर 9, प्राइस पेगा 6810। कुलबीर कौर जी, श्वेता जी सत श्रीकाल जी, जतेंद्र कौर, संधु साहब सत श्रीकाल जी, संधु साहब टिलो साहब सत श्रीकाल जी, राज वाचिंग, कुलबीर कौर जी सत श्रीकाल जी, हरमन जस्सल, हरमनजीत सिंह, लो जी कह भी चीज़ बहुत सोहनी आई मेरे को जी, देखना जरा ये प्योर खड्डी का बेटे, प्योर खड्डी बेस के उत्ते आइटम आई इस तरह। हाँ देखो तुम चीज़ देखो जरा, ये बैंगलोरी है जी, जिमें पहला मैसूर चनौन पाते ना अपना, उ फैब्रिक है ये, थोड़ा जहा जिमें कुड़ियों घट पता होगा, जो तकरीबन 60-65 साल वाला ग्रुप है ना उन्होंने ज़्यादा नॉलेज होगी ये बारे। ये शर्ट का घेरे आ गया, उपर वीविंग आ गई मैसूर चनौन, बिन्नी बिन्नी के नाम पूछना मम्मी ने, पूछना मम्मी सूट बिन्नी के पाए ने, तुम दसना कि पाए नहीं पाए, ये बिन्नी उत्ते आइटम आई जी, प्योर बिन्नी फैब्रिक है जिन्होंने कहने से आप, हूँ ये एक्सट्रा की आने लग गया कि ना बॉर्डर एक्सट्रा आ गया एक वाला, इनको आप बाहों से यूज कर सकते हैं या बैक घेरे से लै सकते हैं, ठीक है। ये बिन्नी जॉर्जेट आई सारी, बिन्नी चनौन आ गई, मतलब दुपट्टा चारे पास बॉर्डर है, दुपट्टा प्योर चनौन का जरा। एक है अपना गोल्डन कलर, दूजा है मेहंदी ग्रीन कलर, बूटी अलग अलग आइटम सेम है, रेट सेम है। इस आइटम नंबर 10, प्राइस पेगा 5040। चलो जी, जसपाल सिंह जी सत श्रीकाल जी, मनदीप कौर जी सत श्रीकाल, सरब कौर जी, मीना जी सत श्रीकाल, पूजा जायसवाल जी सत श्रीकाल जी, जसपाल सिंह जी सत श्रीकाल जी, अंजू अरोड़ा जी, नवी विरदी जी। एक आइटम साढ़े को बहुत अच्छी है, थोड़ा जहा जिमें डॉक्टर टेस्ट होंगे ना, डॉक्टर टीचर इंजीनियर टेस्ट, ये उदा का टेस्ट है, क्योंकि ना ये कोई रंग बिरंगा नहीं होंगे, कोई चमक नहीं होंगी, कोई सिप्पी नहीं होंगी, कोई मोती नहीं होंगे, जिस कलर का बेस है हल्का लाइट एंड डार्क करके धागे की एम्ब्रॉयडरी की होंगी पूरा जाल, ठीक है जी। दुपट्टा होंगे थोड़ा जहा एक्सकलूसिव, आ दुपट्टे से प्रिंटिंग आ गई, देखो बेसिकली सेम कलर है, चारे पास बॉर्डर प्रिंट आ गया, दुपट्टा सेम है, देखिए बड़ा ज़्यादा फर्क है, दो पीस आए ने, मैं दोनों चेक कर ली, दुपट्टा सेम ही है, खोल दे कोई ना यार। एक है पिस्ता ग्रीन जी, दूजा है ग्रे कलर, ये बेटे तेरे दोनों पीस बिक जाने, घट्टो घट्ट 5-5, 6-6 पीस चाहिए, क्योंकि ये आइटम का डिमांड बहुत आनी है आइटम की। हाँ देखो दो कलर है, दुपट्टे सेम ही ने दोनों के। आइटम दो जी नंबर की है, नाइस, थैंक यू जंजू जी सत श्रीकाल जी, अलका सत श्रीकाल जी, गुरदेव जी सत श्रीकाल। आइटम नंबर 11, प्राइस पेगा 6660। लो जी क्या प्योर कांथा उत्ते आइटम आई है, भी चीज़ बहुत सोहनी है, कांथा स्टिच होंगे जी, ये कैलकटा की आइटम है। हाँ जी सारी उत्ते कांथा उत्थों होंगी सारी एम्ब्रॉयडरी, ये इतने नहीं होंगी, पंजाब नहीं होंगी, दिल्ली नहीं होंगी, बॉम्बे नहीं होंगी, हाँ देखो सारी एम्ब्रॉयडरी, यह सारी कांथा एम्ब्रॉयडरी है। ये सिंगल सूई ना कर दिया कुड़ियाँ जी काम, ये सिंगल सूई होंगी बरीक वो काम करते सारा, ये बिना ट्रेस तो बनते ना, कोई ट्रेस नहीं करते पहला अपने हाथ ना
अंदाजा उनका बनी जाता पीस घेरा आ गया जला बॉर्डर पूरा जाल आएगा ग्रीन कलर है फुल बाजू आ गई दुपट्टा खोलो बेटे दुपट्टे ऐ कर दी अगे पल्ला आ दुपट्टे के पल्ले हैवी ने साइडा से टसल है एक्चुअली प्योर टसर का फैब्रिक है टसर का सूट है पूरा तो टसर की चुन्नी आ जो जी लुक तो दूजा कलर बहुत प्यारा आ भी कलर खोल दे यार बहुत बंब कलर है ग्रे ब्लू कलर है यहाँ थोड़ा जहा आम नाल हट के मतलब पढ़े लिखे रंग है मेरे हिसाब ना ये दो जी दो कलर ने डिजाइन अलग अलग ने जी आ जाल आ पहला नीचे बॉर्डर है उपर बूटी है मतलब ये भी थोड़ा जहा आ दोनों पीस आप नज़र आ रहे हैं मतलब सेम चीज़ ही है दियो जी प्राइस की निकलिया 12 नंबर आइटम 77 रुपया चलो ओके जी सुनीता शर्मा जी सत श्रीकाल जी फराई सत श्रीकाल जी अर्शदीप जी गिल साहब लो जी एक आइटम आ गई देखो मेरे को कश्मीरी आरी आ गई देखो अभी तुम बैठे बैठे सारा घुमाना पहला तुम कलकत्ते लै गए थे जी हूँ आ गए आप कश्मीरी आरी जी जम्मू कश्मीर ये भी टसर है ये देसी टसर होंगी जी वो प्लेन टसर है ये देसी टसर है हल्की वीविंग होंगी है ये उपर गोल्डन एम्ब्रायडरी है प्योर आरी की प्योर कश्मीरी आरी का काम है सारा जरा ये एक्चुअली शाल आदि ने 70-80 हज़ार रुपये दियाँ इस काम दियाँ असी नहीं बेचते वह ये सारी एम्ब्रायडरी है पूरी शर्ट का फ्रंट बाजू बिचों निकलेगी दुपट्टे से सिर्फ हल्की हल्का शीशा क्योंकि दुपट्टे से काम नहीं किया उन्होंने सिर्फ सिंगल सिंगल शीशा दूजा कलर ग्रे है जिद वाकई पीस बहुत बंबा देखो कलर किन्ने प्यारे ने जी काम देखो जरा यह है जी अलग लगेगा चीज़ पाया हो मतलब जो तुम 200 की गैदरिंग खड़े हो ना तो मैं तुम्हें लिख के देना क्या तुम किसी के पीस पाया मिलेगा नहीं इदा का दो जी प्राइस की है आइटम नंबर 13 प्राइस पेगा 7490 74 90 सुनीता जी सत श्रीकाल जी लो जी एक आइटम आई है मेरे को भी स्टिच अपना कलकत्ते का स्टिच ही है ये वूलियन स्टिच हों सारा जी का यह सारी वूलियन स्टिच है साइड के उत्ते सारी सेंटर के पैनल आएगा सारा ये रेशम का काम है सिप्पी का काम है पूरा जाल आएगा इस तरह उपर तक ठीक है जी फुल बाजू की ऑप्शन शिमर का सूट है नाल दुपट्टा भी और गेंदा का वो कौन है देखो चीज़ हैगी एक्सक्लूसिव जी वाली बाकी पीस बंब नहीं आ रहे दो कलर नहीं ये चीज़ा ने जी सोच तो परे देखो तुम वीडियो बहुत देखते होंगे लुधियाने भी जलंधर दी भी हर बंदा पाता ही ऐसी गल नहीं पर तुम्हें चीज़ा नहीं खानी किसी ने यह चीज़ा ने सुपर नखरे वाले पीस जिन्होंने कहने आप पंजाबी नखरे वाले पीस नहीं चले 14 नंबर आइटम 7130 रुपये जी चलो अगे जी मोनिका शर्मा जी सत श्रीकाल जी मनदीप कौर सत श्रीकाल जी पूनम जी सोनिया जी सोनिया स्मिथ सत श्रीकाल सारे सत श्रीकाल जी सुंदर सुंदर पाल जी सत श्रीकाल लो जी क्या ब्लैक दे आइटम लिखना जरा जी ये भी पाकिस्तानी आइटम है जी इस तो बाद फिर सिंगल सिंगल पीस दिखावे तुम्हें जी पीस वाकई बंब बनया ब्लैक जो तुम ब्लैक पीस लेना मैडम तो मेरे ख्याल तुम इस तो पीस सुपर नहीं मिलेगा देखो पहला सारी प्रिंटिंग है जी अली ठीक है वो उपर सारी एम्ब्रायडरी आ गई कड़दाने का काम है सिप्पी का काम है सारा ही नीचे पूरा हैवी घेरा आ गया देखो आ प्रिंटिंग आ गई नीचे आ घेरा आ गया पूरा हैवी कड़दाने का परल का दबके का गोटे पत्ती का शीशे का सिप्पी का पूरा हैवी घेरा नीचे उपर पैनल आ गया दुपट्टे से भी प्रिंटिंग भी है दुपट्टे से वर्क भी किया मैंने उसी भी दुपट्टे से गली प्रिंटिंग होगी लेकिन नहीं कड़दाने का काम है शीशे का काम है पूरा हैवी पल्ले बने ने चारे पासे बॉर्डर है एक ब्लैक कलर है दूजा है लाइट गोल्ड कलर है ना जी बेज गोल्ड कलर बाकी बंब पीस दोनों सुपर आइटम दो जी प्राइस की निकले आइटम नंबर 15 सिर्फ 9000 रुपये जी ये तुम्हें ओरिजिनल पीस 18-18 हज़ार के मिलने जी हले हाँ तुम सर्च करना जरा पाकिस्तानी पीस प्योर के उत्ते आइटम आ रही ने टेलो साहब सत श्रीकाल जी परमिंदर जी सत श्रीकाल जी गुरकीत बराड़ साहब सत श्रीकाल जी मनजीत सिंह ढिलो साहब सत श्रीकाल जी लो जी हाँ देखो सिंगल सिंगल पीस उन्होंने पांच पीस भी बहुत प्यारे ने यह सैलीब्रिटी पीस है जी मेरे को फोटोआं ले आईया नेगी फोटो तुम्हें बाद भेज देंगे जो तुम पाओगे पीस ब्राउन कलर है मेरे ख्याल पहली बार कलर बन के आया और गेंदा उत्ते नीचे स्कैल्पिंग एम्ब्रायडरी आ गई यह सारा सुचे गोटे का काम है नाल लैदर पत्ती बस ये घेरा उपर पांच बूटे आने के डिजाइन के सारे इस तरह फिर उपर आएगा कुर्ता पट्टी नैक इन असं पांच बूटा डिजाइन देखते हैं जी इस कलर एको एक आंदा दुपट्टा पूरा है भी चारे पासे देखो घट्टो घट एक गिठ का बॉर्डर है चारे पासे फोर साइड के ब्राउन कलर है शर्ट दुपट्टा और गेंदा लाइट गोल्डन एम्ब्रायडरी आइटम नंबर 16-5250 चलो अगे जी लो जी हम तुम पीस एक दुकान लग्या है
ਇਹ ਵੋਵਨ ਦੇ ਵਿੱਚ ਆਈਟਮ ਆਈ ਜੀ ਸਾਰੀ ਇਹਨੂੰ ਸੱਭਿਆਸਾਚੀ ਕੰਸੈਪਟ ਬੋਲਦੇ ਹਾਂ ਅਸੀਂ ਇਹ ਤਾਨਾ ਬਾਨਾ ਵੀਵਿੰਗ ਦੇ ਵਿੱਚ ਆਈਟਮ ਹੁੰਦੀ ਜੀ ਇਹ ਕਿਉਂਕਿ ਥੋੜ੍ਹੇ ਜਿਹੇ ਸੱਭਿਆਸਾਚੀ ਦੇ ਪੀਸ ਬ੍ਰਾਈਟ ਬਣਦੇ ਨਾ ਜਿਵੇਂ ਬੇਜ ਕਲਰ ਆ ਗਿਆ ਉਹਦੇ 'ਤੇ ਬ੍ਰਾਈਟ ਇੰਬਰਾਇਡਰੀ ਆ ਗਈ ਇਹ ਬੇਜ ਉੱਤੇ ਬ੍ਰਾਈਟ ਵੀਵਿੰਗ ਆ ਗਈ ਦੇਖੋ ਬੇਜ ਕਲਰ ਦਾ ਬੇਸ ਹੈ ਉਹਦੇ 'ਤੇ ਸਾਰੀ ਵੀਵਿੰਗ ਹੈ ਜੀ ਰੈੱਡ ਕਲਰ ਦੀ ਮਸਟਰਡ ਕਲਰ ਦੀ ਗ੍ਰੀਨ ਕਲਰ ਦੇ ਫਿਰ ਰੈੱਡ ਕਲਰ ਦੇ ਪੱਤੇ ਨੇ ਰੈੱਡ ਕਲਰ ਦੇ ਫਲਾਵਰ ਸੈੱਟ ਕੀਤੇ ਨੇ ਆਹ ਦੇਖੋ ਇਸ ਤਰ੍ਹਾਂ ਇਹ ਸਾਰਾ ਵੋਵਨ ਕੋਨਸੈਪਟ ਆ ਜੀ ਇਹਦਾ ਉਹਦੇ ਉੱਪਰ ਹਾਈਲਾਈਟ ਹੈ ਪੂਰੀ ਸ਼ਰਟ ਦਾ ਫਰੰਟ ਹੈ ਸੇਮ ਇਹਦੇ ਇਸ ਤਰ੍ਹਾਂ ਬੈਕ 'ਤੇ ਬਾਰਡਰ ਆਏਗਾ ਫੁੱਲ ਬਾਜੂ ਦੀ ਆਪਸ਼ਨ ਆਏਗੀ ਦੁਪੱਟਾ ਹੈ ਬਹੁਤ ਸੋਹਣਾ ਦੁਪੱਟਾ ਵੀ ਚਾਰੇ ਪਾਸੇ ਵੀਵਿੰਗ ਹੈ ਕੋਰਨਰ 'ਤੇ ਫਲਾਵਰ ਹੈ ਮਤਲਬ ਤੁਹਾਨੂੰ ਮੈਂ ਜਿੰਨਾ ਦੱਸ ਰਿਹਾ ਨਾ ਜਿੰਨਾ ਰੌਲਾ ਪਾ ਰਿਹਾ ਉਹਨਾਂ ਦਾ ਪੀਸ ਮਤਲਬ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਕਿ ਪੀਸ ਕਿੰਨੇ ਦਾ 7500-8000 ਤੋਂ ਉੱਪਰ ਦੀ ਵਰਥ ਹੈ ਲੇਕਿਨ ਆਪਾਂ ਨੂੰ ਪੀਸ ਪਏਗਾ ਸਿਰਫ ਇਹ 5100 ਰੁਪਈਏ ਦਾ ਸੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਗਗਨ ਜੀ ਸਤਿ ਸ਼੍ਰੀ ਅਕਾਲ ਜੀ ਰਾਜੂ ਟਿਕਣਾ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਕੈਚ ਦੇਣਾ ਜਿਹੜਾ ਇਹ ਵੀ ਸੈਲੀਬ੍ਰਿਟੀ ਪੀਸ ਹੈ ਵੀ ਚੀਜ਼ ਬਹੁਤ ਸੋਹਣੀ 3D ਕੋਨਸੈਪਟ ਨੀਚੇ ਚੱਕਦੇ ਬੇਟੇ ਬੋਲੋ ਚੱਕਦੇ ਨੀਚੇ ਬੋਟਮ ਸਿਲਵਰ ਗ੍ਰੇ ਦੇ ਉੱਤੇ ਲਾਈਟ ਗੋਲਡਨ ਕੰਮ ਦੇਖੋ ਇਹ ਕਲਾਕਾਰੀ ਹੁੰਦੀ ਹੈ ਜਿਹੜੀ ਸਿਲਵਰ ਗ੍ਰੇ ਦੇ ਉੱਤੇ ਲਾਈਟ ਗੋਲਡਨ ਕੰਮ ਨੂੰ ਪੂਰਾ ਜਚਾਇਆ ਬਸ ਇੱਥੇ ਰੱਖਦੇ ਬੇਟੇ ਆਹ ਲੁੱਕ ਹੈ ਜੀ ਇਹ ਸੈਲੀਬ੍ਰਿਟੀ ਪੀਸ ਹੈ ਜਿਹੜਾ ਸ਼ਰਟ ਦਾ ਘੇਰਾ ਉੱਪਰ ਨੈਕ ਸਾਈਡਾਂ 'ਤੇ ਪੈਨਲ ਰਾਣੀ ਕਲਰ ਦੀ ਬੋਟਮ ਮਹਿੰਦੀ ਕਲਰ ਦੀ ਚੁੰਨੀ ਵੈਰੀ ਗੁੱਡ ਇਹ 3D ਕੋਨਸੈਪਟ ਹੈ ਜੀ ਵਾਲਾ ਮਹਿੰਦੀ ਚੁੰਨੀ ਆ ਗਈ ਰਾਣੀ ਬੋਟਮ ਆ ਗਈ ਬੋਟਮ 'ਤੇ ਕੰਮ ਆ ਗਿਆ ਸ਼ਰਟ ਦਾ ਪੈਨਲ ਆ ਗਿਆ ਆਹ ਲੁੱਕ ਪੂਰੇ ਆਰਟੀਕਲ ਦੀ ਸਿੰਗਲ ਕਲਰ ਹੈ ਔਰ ਪੀਸ ਵੀ ਮੈਂ ਕਿਹਾ ਤੁਹਾਨੂੰ 2-4-5 ਤਾਂ ਮਿਲ ਜਾਣਗੇ ਬਹੁਤੇ ਮਿਲਣੇ ਨੇਗੇ 18 ਨੰਬਰ ਆਈਟਮ 4270 ਚਲੋ ਓਕੇ ਜੀ ਲਓ ਜੀ ਇੱਕ ਪਿਓਰ ਮਤਲਬ ਜੋਰਜਟ ਔਰਗੈਂਜ਼ਾ ਉੱਤੇ ਡਿਜੀਟਲ ਪ੍ਰਿੰਟ ਆਇਆ ਮੇਰੇ ਕੋਲ ਜੀ ਇਹ ਵੀ ਥੋੜ੍ਹਾ ਜਿਹਾ ਜਿਵੇਂ ਆਪਾਂ ਸੋਬਰ ਵੀ ਗਿਣ ਲਈਏ ਇਹਨੂੰ ਜਿਵੇਂ ਆਪਾਂ ਮੰਮੀ ਵਾਸਤੇ ਲੈਣਾ ਜਾਂ ਵੱਡੀ ਸਿਸਟਰ ਵਾਸਤੇ ਲੈਣਾ ਲੇਕਿਨ ਕਰੀਮ ਕਲਰ ਜਿਹੜੇ ਪਾ ਲੈਂਦੇ ਨੇ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਕਿ ਕਰੀਮ ਸਾਰੇ ਪਾਓ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੈ ਦੇਖੋ ਸਾਰੀ ਪ੍ਰਿੰਟਿੰਗ ਹੈ ਕਰੀਮ ਦੇ ਉੱਤੇ ਫਿਰ ਉਹਦੇ ਨੀਚੇ ਸਾਰੀ ਇੰਬਰਾਇਡਰੀ ਹੈ ਪਰਲ ਦਾ ਕੰਮ ਹੈ ਕੜਦਾਨੇ ਦਾ ਕੰਮ ਹੈ ਸਕੈਲਪਿੰਗ ਆ ਗਈ ਸਾਰੀ ਨਾਲ ਨਾਲ ਸਿੱਪੀ ਹੈ ਆਹ ਸਾਰਾ ਕਰੀਮ ਆ ਗਿਆ ਇਹ ਪਿੰਕ ਅਤੇ ਕਰੀਮ ਨਾਲ ਆ ਗਿਆ ਪਰ ਇੰਬਰਾਇਡਰੀ ਉੱਪਰ ਜਿੰਨਾ ਵੀ ਪ੍ਰਿੰਟ ਆ ਉੱਤੇ ਹਾਈਲਾਈਟਿੰਗ ਦੇਖੋ ਕੜਦਾਨੇ ਦੀ ਨਾਲ ਨਾਲ ਮੋਤੀ ਹੈ ਸੁੱਚਾ ਮੋਤੀ ਲੱਗਿਆ ਹਾਂਜੀ ਪਿਓਰ ਸੁੱਚਾ ਮੋਤੀ ਹੁੰਦਾ ਜੀ ਇਹ ਨਾਲ ਦੁਪੱਟੇ ਦੇ ਚਾਰੇ ਪਾਸੇ ਪ੍ਰਿੰਟਿੰਗ ਵੀ ਲੱਗ ਗਿਆ ਫਿਰ ਆਊਟਿੰਗ ਵੀ ਆ ਸੈਂਟਰ ਦੇ ਵਿੱਚ ਬੂਟੀ ਹੈ ਇੱਕ ਇੱਕ ਕਲਰ ਨੇ ਜੀ ਇਹਦੇ 'ਚ ਕਰੇਪ ਦੀ ਬੋਟਮ ਹੈ ਆਈਟਮ ਨੰਬਰ 19 ਪ੍ਰਾਈਜ਼ ਪਏਗਾ 9900 ਲਓ ਜੀ ਤੁਹਾਨੂੰ 2 ਪੀਸ ਹੋਰ ਦਿਖਾ ਕੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ 2 ਦਿਨ ਪੀਸ ਦੋ ਦਿਨ ਇੱਕ ਰੋਜ਼ੀ ਪੀਸ ਭੇਜਿਓ ਕਿੱਥੇ ਗਿਆ ਹੈਂ ਲੈ ਕੇ ਨਹੀਂ ਆਉਣ ਜਾ ਕੇ ਉਹ ਕਿੱਥੇ ਗਿਆ ਇੱਕ ਇਹ ਵੀ ਚੀਜ਼ ਦੇਣਾ ਜਿਹੜਾ ਜੀ ਇਹ ਗ੍ਰੇ ਦੇ ਉੱਤੇ ਇੰਬਰਾਇਡਰੀ ਸਾਰੀ ਆਈ ਜੀ ਰੇਸ਼ਮ ਦਾ ਕੰਮ ਹੈ ਪਿੰਕ ਗ੍ਰੇ ਗਾਜਰੀ ਅਤੇ ਮਹਿੰਦੀ 4 ਤਰ੍ਹਾਂ ਦਾ ਰੇਸ਼ਮ ਹੈ ਅਤੇ ਵਾਈਟ ਉਹਦੇ ਉੱਪਰ ਇੰਬਰਾਇਡਰੀ ਸਾਰੀ ਸੀਕੁਐਂਸ ਦੀ ਆਏਗੀ ਸ਼ਰਟ ਦਾ ਘੇਰਾ ਉੱਪਰ ਪੂਰੀ ਬੂਟੀ ਆਏਗੀ ਦੁਪੱਟੇ 'ਤੇ ਸਕੈਲਪਿੰਗ ਆਏਗੀ ਨਾਲ ਨਾਲ ਬੂਟੀ ਆਏਗੀ ਇਹ ਔਰਗੈਂਜ਼ਾ ਦੀ ਸ਼ਰਟ ਹੈ ਔਰਗੈਂਜ਼ਾ ਦੀ ਚੁੰਨੀ ਹੈ ਸਿਲਕ ਦੀ ਬੋਟਮ ਹੈ ਆਈਟਮ ਨੰਬਰ 20 ਪ੍ਰਾਈਜ਼ ਪਏਗਾ 5550 ਰੁਪਈਏ ਚਲੋ ਓਕੇ ਜੀ ਲਓ ਜੀ ਲਾਸਟ ਪੀਸ ਹੈ ਵੀ ਬਹੁਤ ਪਿਆਰਾ ਵਾਲਾ ਇਹ ਵੀ ਸੈਲੀਬ੍ਰਿਟੀ ਪੀਸ ਹੈ ਦੁਪੱਟਾ ਪ੍ਰਿੰਟਿੰਗ ਹੈ ਇਕਲੌਤਾ ਪੀਸ ਹੈ ਮੇਰੇ ਖਿਆਲ ਪੀਸ 12-15 ਦਾ ਔਡਰ ਨਿਕਲੇਗਾ ਪੀਸ ਦਾ ਜਿਹੜਾ ਆਹ ਦੇਖੋ ਸਾਰਾ ਨੀਚੇ ਨਾ ਇਹ ਕਲਰ ਗੋਟਾ ਹੁੰਦਾ ਇਹਨੂੰ ਪਿੰਕ ਗਾਜਰੀ ਆ ਗਿਆ ਮਹਿੰਦੀ ਆ ਗਿਆ ਔਰੇਂਜ ਆ ਗਿਆ ਇਹ 3 ਕਲਰ ਦਾ ਕਲਰ ਗੋਟਾ ਲੱਗਿਆ ਨੀਚੇ ਸਾਰਾ ਘੇਰੇ 'ਤੇ ਨਾਲ ਗੋਲਡਨ ਲੈਦਰ ਲੱਗਿਆ ਆਹ ਸਾਰੇ ਫਲਾਵਰ ਬਣੇ ਨੇ ਇਹਦੇ 'ਚ ਆਹ ਪੈਨਲ ਆ ਗਿਆ ਇਹਦੇ 'ਚ ਬੂਟਾ ਆਏਗਾ ਉੱਪਰ ਕੁੜਤਾ ਪੱਟੀ ਨੈੱਕ ਆਏਗਾ ਦੁਪੱਟਾ ਪ੍ਰਿੰਟਿੰਗ ਨਾਲ ਦੇ ਤੀ ਵਾਕਈ ਗੱਲਬਾਤ ਆ ਪੀਸ ਦੀ ਯਾਰ ਬਹੁਤ ਸੁਪਰ ਪੀਸ ਹੈ ਜਿਹੜਾ ਮਤਲਬ ਮੇਰੀ ਗਰੰਟੀ ਆ ਵੀ ਇਹਦੇ ਘੱਟੋ ਘੱਟ 20-15 ਔਡਰ ਤੈਨੂੰ ਕਰਕੇ ਆਉਣਾ ਹੀ ਆਉਣਾ ਰੇਟ ਦੇਖੋ ਕੀ ਨਿਕਲਿਆ ਜੀ ਸਿਰਫ 4500 ਰੁਪਏ ਰੇਟ ਨਿਕਲਿਆ ਆਈਟਮ ਨੰਬਰ 21 ਵੈਰੀ ਗੁੱਡ ਯਾਰ ਨੰਬਰ ਦਿਖਾ ਦਿਓ ਮਾੜਾ ਭਾਜੀ ਇੱਕ ਵਾਰੀ ਫਿਰ ਜਿਹੜਾ ਆ ਲਓ ਜੀ ਨੰਬਰ ਨੋਟ ਕਰੋ ਜਿਹਨਾਂ 'ਤੇ ਆਪਾਂ ਔਡਰ ਕਰਨੇ ਨੇ ਹਾਂਜੀ ਨਾਲ ਨਾਲ ਤੁਸੀਂ ਵੀਡੀਓ ਦੇਖ ਰਹੇ ਸੀ ਨਾਲ ਨਾਲ ਤੁਸੀਂ ਔਡਰ ਕਰੀ ਚੱਲੋ ਵੀਡੀਓ ਦੇਖ ਕੇ ਹੁਣ ਕਿਉਂਕਿ ਬਹੁਤ ਲਿਮਿਟਡ ਸਟਾਕ ਆ ਚੀਜ਼ਾਂ ਡੇਲੀ ਨਵੀਆਂ ਆ ਰਹੀਆਂ ਨੇ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ